ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ। ਗੱਲ ਕਰਨ ਜਾ ਰਿਹਾ ਕਰਨ ਔਜਲਾ ਦੀ। ਤੁਹਾਨੂੰ ਦੱਸ ਰਿਹਾ ਦੋਸਤੋ, ਹਾਲ ਫਿਲਹਾਲ ਦੇ ਵਿੱਚ ਕਰਨ ਔਜਲਾ ਨੇ ਕਾਫੀ ਦਾ ਪ੍ਰੋਜੈਕਟ ਰਿਲੀਜ਼ ਕੀਤੇ ਨੇ। ਉਹਨਾਂ ਵਿੱਚੋਂ ਬਾਦਸ਼ਾਹ ਨਾਲ ਜਿਹੜੀ ਕੋਲੈਬੋਰੇਸ਼ਨ ਹੈਗੀ ਸੀ ਕਾਫੀ ਫੇਮਸ ਹੈ, ਕਾਫੀ ਚਰਚਾ ਦੇ ਵਿੱਚ ਹੈ। ਤੁਹਾਨੂੰ ਦੱਸ ਰਿਹਾ ਦੋਸਤੋ, ਪੰਜਾਬ ਦੇ ਕਈ ਇਹੋ ਜਿਹੇ ਆਰਟਿਸਟ ਹੈਗੇ ਨੇ ਜਿਨ੍ਹਾਂ ਨੇ ਬਾਲੀਵੁੱਡ 'ਚ ਤੇ ਇੰਡੀਆ ਲੈਵਲ ਦੇ ਉੱਪਰ ਨਾਮ ਤਾਂ ਚਮਕਾਇਆ ਹੀ ਹੈ, ਲੇਕਿਨ ਪੰਜਾਬੀ 뮤직 ਇੰਡਸਟਰੀ ਨੂੰ ਉਹ ਇੰਟਰਨੈਸ਼ਨਲ ਲੈਵਲ ਤੇ ਵੀ ਲੈ ਕੇ ਗਏ ਨੇ। ਉਹਨਾਂ ਵਿੱਚੋਂ ਸਭ ਤੋਂ ਉੱਪਰ ਨਾਮ ਆਉਂਦਾ ਹੈ ਦਿਲਜੀਤ ਦੋਸਾਂਝ ਦਾ, ਜਿਹੜਾ ਪੰਜਾਬੀ 뮤직 ਇੰਡਸਟਰੀ ਦਾ ਸਭ ਤੋਂ ਸਕਸੈਸਫੁਲ ਕਲਾਕਾਰ ਹੈ। ਤੁਹਾਨੂੰ ਪਤਾ ਹੈਗਾ ਦੋਸਤੋ, ਦਿਲਜੀਤ ਤੇ ਕਰਨ ਔਜਲਾ ਦੀ ਕੋਲੈਬੋਰੇਸ਼ਨ ਰਿਲੀਜ਼ ਵੀ ਹੋਈ ਸੀ ਤੇ ਹੁਣ ਦੋਸਤੋ ਇਹ ਕਿਹਾ ਜਾ ਰਿਹਾ ਕਿ ਪੰਜਾਬੀ 뮤직 ਇੰਡਸਟਰੀ ਦਾ ਨੈਕਸਟ ਸੁਪਰਸਟਾਰ ਜਿਹੜਾ ਹੈਗਾ ਉਹ ਕਰਨ ਔਜਲਾ ਨੂੰ ਐਲਾਨ ਦਿੱਤਾ ਗਿਆ ਹੈ। ਜਾਂ ਦੋਸਤੋ, ਇੰਟਰਨੈਸ਼ਨਲ ਲੈਵਲ ਦੇ ਉੱਪਰ ਕਰਨ ਔਜਲਾ ਦੀਆਂ ਵੱਡੀਆਂ ਵੱਡੀਆਂ ਕੋਲੈਬੋਰੇਸ਼ਨ ਆਪਾਂ ਨੂੰ 2023 'ਚ ਦੇਖਣ ਨੂੰ ਮਿਲਣਗੀਆਂ। ਉੱਥੇ ਹੀ ਕਰਨ ਔਜਲਾ ਇੰਡੀਆ ਲੈਵਲ ਦੇ ਉੱਪਰ ਕਾਫੀ ਸਕਸੈਸਫੁਲ ਰਹੇ ਨੇ। ਸਟ੍ਰੀਮਿੰਗ ਪਲੇਟਫਾਰਮ ਦੇ ਉੱਪਰ ਵੀ ਕਰਨ ਔਜਲਾ ਦੇ ਗਾਣਿਆਂ ਨੂੰ ਕਾਫੀ ਸਕਸੈਸ ਮਿਲਦੀ ਪਈ ਹੈ, ਕਾਫੀ ਉੱਥੇ ਕਰਨ ਔਜਲਾ ਦੇ ਗਾਣਿਆਂ ਨੂੰ ਸਟ੍ਰੀਮ ਕੀਤਾ ਜਾ ਰਿਹਾ ਹੈ। ਯਾਨੀ ਕਿ ਦਿਲਜੀਤ ਤੋਂ ਬਾਅਦ ਹੁਣ ਜਿਹੜਾ ਨਾਮ ਅੱਗੇ ਸਾਹਮਣੇ ਆ ਰਿਹਾ ਉਹ ਹੈ ਕਰਨ ਔਜਲਾ ਦਾ। ਤੇ ਕਰਨ ਔਜਲਾ ਦੀ ਕਿਹੜੀ ਕਿਹੜੀ ਕੋਲੈਬੋਰੇਸ਼ਨ ਅੱਗੇ ਰਿਲੀਜ਼ ਹੋਣੀਆਂ ਨੇ ਉਹ ਜਾਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ 'ਤੇ ਕਲਿੱਕ ਕਰ ਲਓ ਤਾਂ ਕਿ ਤੁਹਾਨੂੰ ਸਾਡੇ ਚੈਨਲ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ।